फिर कहन लगे गुरु दे शब्द ते आत्म ज्ञान ओनू अपना आधार बना के तुरे आखो सतना आधार बना के तुरे मैं एहा आस एहो आधार तेरा एक नाम तारे संसार गुरु दे शब्द ते आत्म ज्ञान नू आधार बना के तुरे अपने जीवन दे असी आधार किनू बनाया कूड़ नू असी आधार बनाया माया नू असी आधार बनाया आ जिहड़े साडे रुतबे ने इहना ये साडे आधार बन गए इहदे नाल रख रखा रखिए वेले सिर कम आण गए इहना नाल बना के रखिए वेले सिर कम आण गए जदों वेला पिया ते सुच बंद करके बह गया खुसा तना ਕਾਹਦਾ ਰੱਖ ਰਖਾ ਸੀ ਉਹਦੇ ਨਾਲ ਬਣਾਈਏ ਇਹ ਬੰਦਾ ਸੋਚਦਾ ਬਸ ਉਹਦੇ ਨਾਲ ਬਣਾ ਕੇ ਰੱਖੋ ਕੱਲ ਨੂੰ ਕੰਮ ਆ ਸਕਦੇ ਆ ਕੱਲ ਨੂੰ ਜਦੋਂ ਲੋੜ ਪਈ ਤੇ ਭੱਜੇ ਖੇੜਾ ਛੁੜਾ ਕੇ ਭੱਜੇ ਪਾਤਸ਼ਾਹ ਕਹਿੰਦੇ ਬਣਾਉਣੀ ਆ ਉਹਦੇ ਨਾਲ ਬਣਾ ਉਹਦੇ ਨਾਲ ਬਣਾ ਉਹ ਜਿਹੜਾ ਕਦੇ ਨੀ ਪਿੱਛੇ ਹਟੇਗਾ ਕੋ ਸਤਨਾਮ ਸਤਿਗੁਰ ਕਹਿੰਦੇ ਨੀ ਜਾਂਕੋ ਮੁਸ਼ਕਲ ਅੱਤ ਬਨੇ ਢੋਈ ਕੋਏ ਲਾਗੂ ਹੋਏ ਦੁਸ਼ਮਣਾਂ ਸਾਖ ਵੀ ਜਿਨ੍ਹਾਂ ਤੇ ਆਸਰੇ ਤੱਕੇ ਸਨ ਜਿਨ੍ਹਾਂ ਦਾ ਆਧਾਰ ਆਪਾਂ ਤੱਕਿਆ ਸੀ ਕਿ ਸਾਡਾ ਇਹ ਆਧਾਰ ਸਾਡਾ ਆਸਰਾ ਭੱਜ ਗਏ ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ ਮਹਾਰਾਜ ਕਹਿੰਦੇ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਜਿਹਨੂੰ ਆਧਾਰ ਬਣਾਉਣਾ ਸੀ ਉਹਨੂੰ ਬਣਾਇਆ ਨਹੀਂ ਤੇ ਦੂਜਿਆਂ ਦੇ ਸਿਰ ਤੇ ਨੱਚਣਾ ਸ਼ੁਰੂ ਕਰ ਦਿੱਤਾ ਨੱਚਣਾ ਸ਼ੁਰੂ ਇੱਕ ਦੇ ਆਧਾਰ ਇੱਕ ਦੇ ਆਸਰੇ ਥੱਲੇ ਬੈਠੋ ਇੱਕ ਨੂੰ ਫਿਕਰ ਪਾ ਦਿਓਗੇ ਤੁਹਾਨੂੰ ਕਿਤੇ ਵੀ ਲੋੜ ਹੋਏਗੀ ਨਾ ਉਹ ਇੱਕ ਤੁਹਾਡੇ ਲਈ ਪ੍ਰਬੰਧ ਕਰੇਗਾ ਕੋਈ ਨਾ ਕੋਈ ਬੰਦਾ ਤੁਹਾਨੂੰ ਐਸਾ ਟਕਰਾ ਦੇਗਾ ਕੋਈ ਰੁਤਬੇ ਵਾਲਾ ਬੰਦਾ ਉਹ ਬੰਦੇ ਦੇ ਰਾਹੀਂ ਨਿਰੰਕਾਰ ਕੰਮ ਕਰਵਾਣਗੇ ਪਰ ਕਰਾਣਗੇ ਨਿਰੰਕਾਰ ਇਸ ਕਰਕੇ ਕਿਉਂਕਿ ਤੂੰ ਉਹਦੀ ਆਸ 'ਚ ਬੈਠਾ ਆ ਖੋ ਸਤਨਾਮ ਵਾਹਿਗੁਰੂ ਉਹਦੀ ਆਸ ਸਤਿ ਸ੍ਰੀ ਅਕਾਲ ਕਾਜ਼ੀ ਰੁਕਨਦੀਨ ਨੇ ਪੁੱਛਿਆ ਸੀ ਬਜ਼ੁਰਗ ਕੌਣ ਆ ਹੈ ਬਜ਼ੁਰਗ ਆ ਹੈ ਸਿਆਣੀ ਸੋਚ ਵਾਲਾ ਮਿੱਤਰਤਾਈ ਵੱਡੇ ਨਾਲ ਰੱਖੇ ਵੱਡੇ ਨਾਲ ਨੀਚਿਆਂ ਦੇ ਨਾਲ ਰੱਖਣ ਦੀ ਕੀ ਵੱਡੇ ਨਾਲ ਰੱਖ ਆਪੇ ਤੇਰੇ ਕੰਮ ਹੁੰਦੇ ਰਹਿਣਗੇ ਆਖੋ ਸਤਨਾਮ ਆਪੇ ਕੰਮ ਹੁੰਦੇ ਰਹਿਣਗੇ